ਬਚਪਨ ਵਿੱਚ ਹੀ ਸਿਖਾਤਾ ਗਿਆ ਸੀ ਵੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਕਿਸੇ ਵੱਡੇ ਨੇ ਇਹ ਨਹੀਂ ਦੱਸਿਆ ਜੇ ਸੱਜਣ ਹੀ ਦੁਸ਼ਮਣ ਬਣ ਜਾਵੇ ਤਾਂ ਫਿਰ ਬੰਦਾ ਹੱਸੇ ਜਾਂ ਰੋਵੇ। ਪਾਕਿਸਤਾਨ ਵਿੱਚ ਬੜੇ ਲੋਕਾਂ ਨੇ ਜਨਰਲ ਮੁਸ਼ਰਫ ਨੂੰ ਸੱਜਣ ਬਣਾਇਆ। ਹਕੂਮਤ ਦਾ ਤਖਤਾ ਉਲਟਣ ਤੋਂ ਅਗਲੇ ਹੀ ਦਿਨ ਜਨਰਲ ਮੁਸ਼ਰਫ ਦੀ ਅਖਬਾਰ 'ਚ ਫੋਟੋ ਛਪੀ ਅਤੇ ਉਹਨੇ ਗੋਦੀ ਵਿੱਚ ਇੱਕ ਛੋਟਾ ਜਿਹਾ ਪੱਪੂ ਜਿਹਾ ਕੁੱਤਾ ਚੁੱਕਿਆ ਸੀ। ਸਾਡੇ ਸਾਰੇ ਲਿਬਰਲ ਮਾਂ ਸਦਕੇ ਮਾਂ ਵਾਰੀ ਹੋ ਗਏ। ਉਹਨਾਂ ਨੂੰ ਲੱਗਾ ਵੀ ਸਾਨੂੰ ਰਾਤੋਂ ਰਾਤ ਅਤਾਤੁਰਕ ਮਿਲ ਗਿਆ। ਬਾਅਦ ਵਿੱਚ ਇਸਲਾਮਾਬਾਦੀਏ ਵੀ ਦੱਸਦੇ ਰਹਿੰਦੇ ਸਨ ਵੀ ਬੜਾ ਹੀ ਖੁੱਲ੍ਹਾ ਡੋਲਾ ਬੰਦਾ, ਰਾਤ ਨੂੰ ਯਾਰਾਂ ਨਾਲ ਬਹਿ ਕੇ ਦੋ ਘੁੱਟ ਵੀ ਲਾ ਲੈਂਦਾ, ਆਪਣੇ ਆਰਮੀ ਹਾਊਸ ਵਿੱਚ ਫੈਸ਼ਨ ਸ਼ੋਅ ਕਰਾ ਛੱਡਦਾ ਅਤੇ ਮਹਿਫਲ ਮੌਸੀਕੀ ਵਿੱਚ ਬਹਿ ਕੇ ਗਾਉਣ ਵਾਲੇ ਕੋਲ ਮਾਈਕ ਫੜ ਕੇ ਕੋਈ ਛੋਟੀ ਮੋਟੀ ਗਜ਼ਲ ਵੀ ਗਾ ਲੈਂਦਾ। ਲਿਬਰਲ ਨੂੰ ਲੱਗਾ ਵੀ ਆਪਣਾ ਹੀ ਬੰਦਾ ਆ ਗਿਆ। ਸਾਡੇ ਫਨਕਾਰ ਭੈਣਾਂ ਭਰਾਵਾਂ ਨੇ ਵੀ ਇਹੀ ਸਮਝਿਆ ਕਿ ਆਖਿਰ ਕੋਈ ਇਸਲਾਮਾਬਾਦ 'ਚ ਸਾਡੇ ਵਰਗਾ ਬੰਦਾ ਵੀ ਆ ਕੇ ਬਹਿ ਗਿਆ। ਇਹ ਤਾਂ ਬਾਅਦ 'ਚ ਪਤਾ ਲੱਗਾ ਵੀ ਅਸੀਂ ਐਡੇ ਤਰਸੇ ਹੋਏ ਹਾਂ ਕਿ ਵੀ ਇੱਕ ਮਾਠੇ ਜਾਂ ਤਮਾਸ਼ਬੀਨ ਨੂੰ ਵੀ ਅਤਾਤੁਰਕ ਬਣਾਈ ਬੈਠੇ। ਉਹਨੇ ਉਹੀ ਕੀਤਾ ਜਿਹੜੇ ਸਾਰੇ ਫੌਜੀ ਡਿਕਟੇਟਰ ਕਰਦੇ ਰਹੇ ਨੇ। ਫੌਜੀ ਡਿਕਟੇਟਰ ਨੂੰ ਸਭ ਤੋਂ ਵੱਡਾ ਕੰਮ ਇਹ ਹੁੰਦਾ ਹੈ ਵੀ ਪਤਾ ਨਹੀਂ ਮੇਰੇ ਬਗੈਰ ਇਸ ਮੁਲਕ ਦਾ ਕੀ ਬਣੇਗਾ। ਜਨਰਲ ਮੁਸ਼ਰਫ ਵੀ ਜੰਮ ਕੇ ਬਹਿ ਗਿਆ। ਪਹਿਲੀ ਤਸਵੀਰ ਵਿੱਚ ਜਿਹੜਾ ਵਿਚਾਰਾ ਕੁੱਤਾ ਨਜ਼ਰ ਆਇਆ ਸੀ ਉਹ ਬਾਅਦ ਵਿੱਚ ਕਿਸੇ ਫੋਟੋ ਵਿੱਚ ਨਜ਼ਰ ਨਹੀਂ ਆਇਆ। ਪਾਕਿਸਤਾਨ ਵਿੱਚ ਐਸੇ ਬਾਬੂ, ਸੇਠ, ਸਿਆਸਤਦਾਨ ਅਤੇ ਮੇਰੇ ਵਰਗੇ ਸਹਾਫ਼ੀ ਬੜੇ ਨੇ ਜਿਹੜੇ ਹਰ ਵਰਦੀ ਵਾਲੇ ਨੂੰ ਹੱਥ ਬੰਨ੍ਹ ਕੇ ਕਹਿੰਦੇ ਨੇ ਵੀ ਮਾਈ ਬਾਪ, ਅਸੀਂ ਤਾਂ ਜਦੋਂ ਦੇ ਜੰਮੇ ਹਾਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸਾਂ ਵੀ ਕੋਈ ਆਵੇ ਅਤੇ ਸਾਨੂੰ ਸਿੱਧਾ ਕਰੇ, ਹੁਣ ਤੁਸੀਂ ਆ ਗਏ ਹੋ ਅਤੇ ਬਸ ਲਾ ਲਓ ਜੁੱਤੀ ਅਤੇ ਸ਼ੁਰੂ ਹੋ ਜਾਓ। ਅਤੇ ਅਜੇ ਮੁਸ਼ਰਫ ਨੇ ਜੁੱਤੀ ਲਾਈ ਸੀ ਅਤੇ ਅਸੀਂ ਕੰਡਾਂ ਨੰਗੀਆਂ ਹੀ ਕੀਤੀਆਂ ਸਨ ਅਤੇ 9/11 ਹੋ ਗਿਆ। ਅਤੇ ਹੁਣ ਜਿਹੜੇ ਵੱਡੇ ਮੁਲਕ ਮੁਸ਼ਰਫ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਸਾਂ, ਉਹਨਾਂ ਨੇ ਵੀ ਮੁਸ਼ਰਫ ਨੂੰ ਹਲਾਸ਼ੇਰੀ ਦਿੱਤੀ ਵੀ ਮਰਦ ਦਾ ਬੱਚਾ ਤੂੰ ਹੀ ਹੈ, ਬਸ ਇਹ ਡਾਲਰ ਫੜੀ ਜਾ ਅਤੇ ਬੰਦੇ ਮਰਵਾਈ ਜਾ। ਵੈਸੇ ਜਨਰਲ ਮੁਸ਼ਰਫ ਨੂੰ ਆਪਣੇ ਬੰਦੇ ਮਰਵਾਉਣ ਤੋਂ ਪਹਿਲੇ ਵੀ ਕੋਈ ਐਡੀ ਸੰਘ ਨਹੀਂ ਸੀ ਆਉਂਦੀ। ਉਸ ਤੋਂ ਪਹਿਲੇ ਉਹ ਕਾਰਗਿਲ 'ਤੇ ਆਪਣੇ ਫੌਜੀ ਚੜ੍ਹਾ ਚੁੱਕਿਆ ਸੀ। ਪਤਾ ਨਹੀਂ ਕਿਹੜੀ ਵਲੈਤੀ ਪੀ ਕੇ ਸੋਚਿਆ ਸੀ, ਲੇਕਿਨ ਫੌਜੀ ਮਨਸੂਬਾ ਬਸ ਇੰਨਾ ਹੀ ਸੀ ਬਈ ਸ੍ਰੀਨਗਰ ਫਤਿਹ ਕਰਕੇ ਰਾਤੋਂ ਰਾਤ ਇੰਡੀਆ ਕੋ ਸਬਕ ਸਿਖਾ ਦੂੰਗਾ। ਅੱਗੋਂ ਇੰਡੀਆ ਨੇ ਫਾਇਰ ਖੋਲਿਆ, ਦੁਨੀਆ ਨੇ ਵੀ ਰੌਲਾ ਪਾਇਆ ਅਤੇ ਮੁਸ਼ਰਫ ਮੁੱਕਰ ਗਿਆ। ਹੁਣ ਪਾਕਿਸਤਾਨ ਵਿੱਚ ਇੱਕ ਤੋਂ ਇੱਕ ਚੀਤਾ ਜਨਰਲ ਆਇਆ, ਲੇਕਿਨ ਐਸਾ ਕੋਈ ਨਹੀਂ ਵੇਖਿਆ ਜਿਹੜੇ ਆਪਣੇ ਜਵਾਨਾਂ ਅਤੇ ਅਫਸਰਾਂ ਨੂੰ ਬਰਫ਼ ਨਾਲ ਟਕੇ ਯਖ ਪਹਾੜਾਂ 'ਤੇ ਚਾੜ ਕੇ ਮੁੱਕਰ ਜਾਵੇ ਕਿ ਇਹ ਤਾਂ ਸਾਡੇ ਫੌਜੀ ਨਹੀਂ, ਬਸ ਐਵੇਂ ਕੁਝ ਜਾਦੀ ਮੁੰਡੇ ਖੁੰਡੇ ਨੇ। ਉੱਤੋਂ ਐਡਾ ਕਠੋਰ ਵੀ ਬਰਫ਼ ਵਿੱਚ ਬਹਾਦਰੀ ਨਾਲ ਲੜਦਿਆਂ ਜਵਾਨਾਂ ਦਾ ਰਾਸ਼ਨ ਪਾਣੀ ਵੀ ਬੰਦ ਕਰ ਛੱਡਿਆ। ਪਤਾ ਨਹੀਂ ਐਸੇ ਬਹਾਦਰ ਜਨਰਲ ਨੂੰ ਸੱਜਣ ਆਖੀਏ ਜਾਂ ਦੁਸ਼ਮਣ, ਜਿਹਨੇ ਆਪਣੇ ਸ਼ਹੀਦਾਂ ਦੀਆਂ ਲਾਸ਼ਾਂ ਵਸੂਲ ਕਰਨ 'ਤੇ ਵੀ ਐਡਾ ਲਾ ਲਿਆ ਅਤੇ ਕਿਹਾ ਵੀ ਇਹ ਤਾਂ ਸਾਡੇ ਬੰਦੇ ਹੀ ਨਹੀਂ। 9/11 ਤੋਂ ਬਾਅਦ ਮੁਸ਼ਰਫ ਦੀਆਂ ਅਮਰੀਕਾ ਨਾਲ ਜੱਫੀਆਂ ਵਧੀਆਂ ਅਤੇ ਐਡਾ ਸ਼ੇਰ ਹੋ ਗਿਆ ਵੀ ਕੈਮਰੇ ਦੇ ਸਾਹਮਣੇ ਸੀਨੇ 'ਤੇ ਹੱਥ ਮਾਰ ਕੇ ਕਵੇ ਕਿ ਮੈਂ ਤੁਹਾਨੂੰ ਮਾਰ ਛੱਡਾਂ ਅਤੇ ਅਗਲੇ ਦਿਨ ਬੁਗਤੀ ਨੂੰ ਮਿਜ਼ਾਇਲ ਮਾਰ ਕੇ ਮਾਰ ਵੀ ਛੱਡਿਆ। ਆਪਣੀ ਕਿਤਾਬ ਵਿੱਚ ਬਈ ਖਾਤੇ ਖੋਲ੍ਹ ਕੇ ਦੱਸੇ ਵੀ ਪਾਕਿਸਤਾਨ ਦੇ ਇੰਨੇ ਲੋਕ ਅਮਰੀਕਾ ਨੂੰ ਗੁਆਂਤਾਨਾਮੋ ਭੇਜ ਕੇ ਇੰਨੇ ਡਾਲਰ ਵਸੂਲ ਕੀਤੇ ਨੇ। ਹੱਸ ਕੇ ਕਵੇ ਬਈ ਮੈਂ ਟੋਰਚਰ ਕਰਨੇ ਵਾਲੋਂ ਸੇ ਇਹ ਥੋੜ੍ਹੀ ਪੁੱਛਤਾ ਹੂੰ ਕਿ ਵੋ ਕਿਤਨੇ ਬੋਰ ਕੀ ਡਰਿਲ ਮਸ਼ੀਨ ਇਸਤੇਮਾਲ ਕਰ ਰਹੇ। ਪਾਕਿਸਤਾਨ ਵਿੱਚ ਕੁਝ ਲੋਕ ਸਨ ਜਿਨ੍ਹਾਂ ਨੂੰ ਇੱਕ ਪੋਲਾ ਜਿਹਾ ਰੰਗੀਲਾ ਜਿਹਾ ਜਨਰਲ ਲੱਗਦਾ ਸੀ, ਨਾਲ ਲੋਕਾਂ ਨੂੰ ਇਹ ਵੀ ਲੱਗਦਾ ਸੀ ਵੀ ਉਹਨੇ ਮਾਰਕੀਟਾਂ 'ਚ ਰੌਣਕ ਲਾਈ ਹੈ। ਬਾਕੀ ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀਆਂ ਟਾਰਚਰ ਸੈੱਲਾਂ ਵਿੱਚ ਡਰਿਲ ਮਸ਼ੀਨਾਂ ਚੱਲਦੀਆਂ ਰਹੀਆਂ ਅਤੇ ਉੱਥੋਂ ਆਉਣ ਵਾਲੀਆਂ ਚੀਕਾਂ ਦੀ ਆਵਾਜ਼ ਕਿਸੇ ਨਹੀਂ ਸੁਣੀ। ਪਾਕਿਸਤਾਨ ਦੇ ਕਈ ਰਿਟਾਇਰ ਜਨਰਲ ਅਤੇ ਬਾਬੂ ਅਕਸਰ ਆਉਂਦੇ ਨੇ ਵੀ ਪਾਕਿਸਤਾਨ ਬੜਾ ਗਰਮ ਮੁਲਕ ਹੈ, ਜਮਹੂਰੀਅਤ ਇਸ ਮੁਲਕ ਦੇ ਮੌਸਮ ਦੇ ਮੁਤਾਬਕ ਮਾਫਕ ਨਹੀਂ। ਵੈਸੇ ਮੁਲਕ ਥੋੜ੍ਹਾ ਜਿਹਾ ਠੰਡਾ ਗਰਮ ਤਾਂ ਹੈ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਆਕੜ ਵਾਲਾ ਡਿਕਟੇਟਰ ਵੀ 8-9 ਸਾਲ ਤੋਂ ਬਾਅਦ ਹੰਭ ਜਾਂਦਾ ਹੈ। ਜਨਰਲ ਮੁਸ਼ਰਫ ਵੀ ਹੰਭ ਗਿਆ। ਪਾਕਿਸਤਾਨ ਵਿੱਚ ਖਲਕਤ ਕੋਲ ਫੌਜੀ ਡੰਡੇ ਦਾ ਮੁਕਾਬਲਾ ਕਰਨ ਲਈ ਇੱਕੋ ਹਥਿਆਰ ਹੈ ਅਤੇ ਉਹ ਹੈ ਜੁਗਤਾਂ। ਪਹਿਲੇ ਇੱਕ ਲਤੀਫਾ ਬਣਿਆ ਵੀ ਦੱਸੋ ਰੱਬ ਅਤੇ ਮੁਸ਼ਰਫ 'ਚ ਕੀ ਫਰਕ ਹੈ। ਜਵਾਬ ਆਇਆ ਵੀ ਰੱਬ ਆਪਣੇ ਆਪ ਨੂੰ ਮੁਸ਼ਰਫ ਨਹੀਂ ਸਮਝਦਾ। ਫਿਰ ਨਾਰਾ ਲੱਗਣਾ ਸ਼ੁਰੂ ਹੋਇਆ ਵੀ ਚਾਚਾ ਵਰਦੀ ਲਾਉਂਦਾ ਕਿਉਂ ਨਹੀਂ। ਮੁਸ਼ਰਫ ਆਖਿਆ ਵਰਦੀ ਤਾਂ ਮੇਰੀ ਦੂਸਰੀ ਖੱਲ ਹੈ, ਮੈਂ ਨਾ ਲਾਸਾ। ਫਿਰ ਸੜਕਾਂ ਦੇ ਨਾਰੇ ਵੱਜਣੇ ਸ਼ੁਰੂ ਹੋ ਗਏ, ਗੋ ਮੁਸ਼ਰਫ ਮੁੱਕ ਗਿਆ ਤੇਰਾ ਸ਼ੋ ਮੁਸ਼ਰਫ। ਹੁਣ ਸਾਡੇ ਮੁੰਡਿਆਂ ਕੁੜੀਆਂ ਨੂੰ ਕੋਈ ਸੁਰ ਵਾਲੀ ਲਾਈਨ ਮਿਲ ਜਾਏ ਉਹ ਰੁਕਦੇ ਨਹੀਂ, ਉਹ ਅੱਗੇ ਹੀ ਟੁਰਦੇ ਗਏ। ਗੋ ਮੁਸ਼ਰਫ ਜਾ ਕੇ ਮੱਝਾਂ ਚੋ ਮੁਸ਼ਰਫ, ਘਰ ਦੇ ਭਾਂਡੇ ਧੋ ਮੁਸ਼ਰਫ। ਲੋਕਾਂ ਨੇ ਆਖਿਰ ਗੋ ਮੁਸ਼ਰਫ ਕਰਾ ਛੱਡੀ ਅਤੇ ਹੁਣ ਸਾਡੇ ਰੱਬ ਨੇ ਆਖਰੀ ਗੋ ਮੁਸ਼ਰਫ ਆਪ ਕਰਾ ਲਈ ਹੈ।
ਬਚਪਨ ਦੀ ਤਰਬੀਅਤ ਦੇ ਮੁਤਾਬਕ ਸਾਨੂੰ ਬਖਸ਼ਿਸ਼ ਦੀ ਦੁਆ ਕਰਨੀ ਚਾਹੀਦੀ ਹੈ, ਭਾਵੇਂ ਬੰਦੇ ਨੇ ਬਖਸ਼ਿਸ਼ ਵਾਲਾ ਕੰਮ ਕੋਈ ਵੀ ਨਾ ਕੀਤਾ ਹੋਵੇ। ਨਾਲ ਨਾਲ ਆਪਣੇ ਲਈ ਵੀ ਬਖਸ਼ਣ ਦੀ ਦੁਆ ਮੰਗਣੀ ਚਾਹੀਦੀ ਹੈ, ਕਿਉਂਕਿ ਮੁਸ਼ਰਫ ਆਪ ਤਾਂ ਟੁਰ ਗਿਆ, ਪਿੱਛੇ ਨਿੱਕੇ ਨਿੱਕੇ ਕਈ ਮੁਸ਼ਰਫ ਛੱਡ ਗਿਆ ਜਿਹੜੇ ਬੰਦ ਕਮਰਿਆਂ ਵਿੱਚ ਗਾਰਡ ਆਫ ਆਨਰ ਵੀ ਦੇ ਲੈਂਦੇ ਨੇ ਅਤੇ ਆਪ ਵੀ ਮੁਸ਼ਰਫ ਬਣਨ ਦੇ ਖਾਬ ਵੇਖਦੇ ਨੇ। ਸਾਡੀ ਇਹਨਾਂ ਨਿੱਕਿਆਂ ਮੁਸ਼ਰਫਾਂ ਤੋਂ ਇਸੇ ਦੁਨੀਆਂ ਵਿੱਚ ਹੀ ਬਖਸ਼ਿਸ਼ ਕਰਾ ਦਿਓ, ਬਾਕੀ ਆਖਰਤ ਦਾ ਹਿਸਾਬ ਕਿਤਾਬ ਤੁਸੀਂ ਵੱਡੇ ਮੁਸ਼ਰਫ ਨਾਲ ਆਪ ਕਰਦੇ ਰਹੋ। ਅਸੀਂ ਤਾਂ ਬਚਪਨ ਦੀ ਤਰਬੀਅਤ ਦੇ ਮੁਤਾਬਕ ਇਹੀ ਕਹਿ ਸਕਦੇ ਹਾਂ ਵੀ ਅੱਲਾਹ ਮੁਸ਼ਰਫ ਨੂੰ ਜੰਨਤ ਨਸੀਬ ਕਰੇ ਅਤੇ ਅੱਲਾਹ ਜੰਨਤ ਬੁਲਾ ਕੇ ਭਾਵੇਂ ਉਹਦੇ ਕੋਲੋਂ ਮੱਝਾਂ ਚਵਾਵੇ ਅਤੇ ਭਾਵੇਂ ਭਾਂਡੇ ਧਵਾਵੇ। ਅਤੇ ਸਾਰੇ ਸੱਜਣਾਂ ਅਤੇ ਦੁਸ਼ਮਣਾਂ ਨੂੰ ਰੱਬ ਰਾਖਾ।